ਰੇਂ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਵੱਲੋਂ ਖਿਆਲਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਫਸਲ ਅੰਮ੍ਰਿਤਸਰ ਦੀ ਮੰਡੀ ਵਿੱਚ ਲਿਜਾਣ ਲਈ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਆਉਂਦੀਆਂ ਸਨ ਅਤੇ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਪੰਸਪ ਵੱਲੋਂ ਇੱਥੇ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਾਸਤੇ ਪੰਜਾਬ ਸਰਕਾਰ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ। ਇਸ ਮੌਕੇ ਉਹਨਾਂ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਹਨਾਂ ਦੇ ਜਲਦੀ ਨਿਪਟਾਰੇ ਦਾ ਭਰੋਸਾ ਵੀ ਦਵਾਇਆ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਬਹੁਤ ਜਲਦੀ ਬਣਦੀ ਹੋਈ ਰਕਮ ਪਾ ਦਿੱਤੀ ਜਾਵੇਗੀ। ਇਸ ਸੰਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਐਲਾਨ ਕੀਤਾ ਜਾ ਚੁੱਕਿਆ ਹੈ। ਆੜ੍ਹਤੀ ਮਿੰਟੂ ਝੰਝੋਟੀ ਵੱਲੋਂ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਅਸੀਂ ਪਿਛਲੇ ਸਾਲ ਕੋਲੋਂ ਪੈਸੇ ਖਰਚ ਕੇ ਫਸਲ ਚੁਕਵਾਈ ਸੀ, ਜਿਸ ਦੇ ਪੈਸੇ ਉਹਨਾਂ ਨੂੰ ਅਜੇ ਤੱਕ ਨਹੀਂ ਮਿਲੇ। ਇਸ ਮੌਕੇ 'ਤੇ ਆੜ੍ਹਤੀ ਜਤਿੰਦਰਪਾਲ ਸਿੰਘ ਮੋੜੇ, ਆੜ੍ਹਤੀ ਮਨਪ੍ਰੀਤ ਸਿੰਘ ਕਲੇਰ, ਡਾਕਟਰ ਭਗਵੰਤ ਸਿੰਘ ਖਿਆਲਾ ਆਦਿ ਹਾਜ਼ਰ ਸਨ। ਆੜ੍ਹਤੀਆਂ ਵੱਲੋਂ ਚੇਅਰਮੈਨ ਮਿਆਦੀਆਂ ਅਤੇ ਹੋਰਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬਾਈਟ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਅਤੇ ਆੜ੍ਹਤੀ ਮਿੰਟੂ ਝੰਝੋਟੀ। ਨੌ ਸਟਾਰ ਟੀਵੀ ਦੀ ਇਹ ਰਿਪੋਰਟ। ਦੇਖੋ ਜੀ, ਅੱਜ ਸਾਡੀ ਖਿਆਲਾ ਮੰਡੀ ਜਿਹੜੀ ਆ ਉਹ ਪਹਿਲੇ ਦਿਨ ਇੱਥੇ ਜਿਣਸ ਆਈ ਆ ਅਤੇ ਅੱਜ ਸਾਡੇ ਇੱਥੇ ਜਿਹੜੇ ਪਨਗਰੇਨ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਜੀ ਮਿਆਦੀਆਂ ਉਹ ਚੇਚੇ ਤੌਰ 'ਤੇ ਅੱਜ ਖਰੀਦ ਸਾਡੇ ਇੱਥੇ ਸ਼ੁਰੂ ਕਰਾਉਣ ਲਈ ਆਏ ਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਇੱਥੇ ਜਿਹੜੀ ਆ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੇ ਜ਼ਿਮੀਂਦਾਰ 17 ਮੋਚਰ ਦਾ ਸੁੱਕਾ ਝੋਨਾ ਲਿਆਉਣਗੇ ਅਤੇ ਇੱਕ ਇੱਕ ਦਾਣਾ ਜਿਹੜਾ ਵਾ ਉਹ ਖਰੀਦਿਆ ਜਾਵੇਗਾ, ਨਾ ਕਿ ਕਿਸਾਨਾਂ ਨੂੰ ਇੱਥੇ ਖੱਜਲ ਖੁਆਰ ਕੀਤਾ ਜਾਵੇਗਾ। ਤੁਹਾਡੀਆਂ ਕੋਈ ਪਿਛਲੀਆਂ ਮੁਸ਼ਕਲਾਂ ਸੀ, ਉਹਨਾਂ ਦੇ ਹੱਲ ਬਾਰੇ ਕੀ ਕਿਹਾ ਉਹਨਾਂ ਨੇ ਅਤੇ ਕਿਹੋ ਜਿਹੀਆਂ ਮੁਸ਼ਕਲਾਂ ਤੁਹਾਡੀਆਂ? ਸਾਡੀਆਂ ਪਿਛਲੀਆਂ ਮੁਸ਼ਕਲਾਂ ਜੀ ਸਰਕਾਰ ਦੇ ਕਰਕੇ ਆ, ਨਾਕਾਮੀ ਕਰਕੇ ਜਿਹੜੇ ਉਹ ਟੈਂਡਰਕਾਰ ਸੀ ਉਹਨਾਂ ਨੇ ਸਾਡਾ ਸਾਰੇ ਆੜ੍ਹਤੀ ਵੀਰ ਭਰਾ ਬੈਠੇ ਆ। ਪਿਛਲੀ ਵਾਰ ਦਾ ਸਾਡਾ ਤਕਰੀਬਨ ਇਸ ਮੰਡੀ ਦਾ ਘੱਟੋ ਘੱਟ 3-4-5 ਲੱਖ ਰੁਪਈਆ ਜਿਹੜਾ ਵਾ ਪਿਛਲੇ ਸਾਲ ਦਾ ਅਸੀਂ ਆੜ੍ਹਤੀਆਂ ਨੇ ਕੋਲੋਂ ਕਿਰਾਇਆ ਖਰਚ ਕੇ ਅਤੇ ਜਿਹੜੀ ਇੱਥੇ ਝੋਨੇ ਦੀ ਸਰਕਾਰੀ ਲਿਫਟਿੰਗ ਕਰਾਈ ਸੀ ਅਤੇ ਜਦਕਿ ਸਾਡੇ ਕੋਲ ਸਰਕਾਰੀ ਜਿਹੜੀਆਂ ਉਹ ਪਹੁੰਚਾਂ ਆ, ਸਾਡੇ ਕੋਲ ਓਰਿਜਨਲ ਪਹੁੰਚਾਂ ਸਾਡੇ ਕੋਲ ਮੌਜੂਦ ਆ ਸਾਰੇ ਆੜ੍ਹਤੀਆਂ ਦੇ ਕੋਲ ਅਤੇ ਸਾਨੂੰ ਇੱਕ ਵੀ ਰੁਪਈਆ ਉਹਦਾ ਕਿਰਾਇਆ ਨਹੀਂ ਦਿੱਤਾ ਗਿਆ ਟੈਂਡਰਕਾਰ ਵੱਲੋਂ। ਅਸੀਂ ਤਾਂ ਇਹੋ ਚੇਅਰਮੈਨ ਸਾਹਿਬ ਅੱਗੇ ਮੰਗ ਰੱਖੀ ਆ ਜੀ, ਸਾਨੂੰ ਉਹ ਕਿਰਾਇਆ ਦਵਾਇਆ ਜਾਵੇ, ਦੱਸੋ ਅਸੀਂ ਕੀ ਕਰਾਂਗੇ ਜੇ ਪੱਲਿਓਂ ਕੋਲੋਂ ਕਿਰਾਇਆ ਖਰਚ ਕੇ ਵੀ ਸਾਨੂੰ ਨਹੀਂ ਮਿਲਿਆ, ਮਾਲ ਅਸੀਂ ਢੋਇਆ ਉਹ ਟੈਂਡਰਕਾਰ ਆਪਣਾ ਟੈਂਡਰ ਪਾ ਕੇ ਅਤੇ ਬਸ ਆਪਣਾ ਪੈਸੇ ਲੈ ਕੇ ਅਤੇ ਘਰ ਬਹਿ ਗਿਆ, ਸਾਡਾ ਫੋਨ ਵੀ ਨਹੀਂ ਚੁੱਕਦਾ ਜੀ, ਸਾਲ ਹੋ ਗਿਆ। ਅਤੇ ਕੀ ਉਹਨਾਂ ਨੇ ਫਿਰ ਭਰੋਸਾ ਦਵਾਇਆ? ਉਹਨਾਂ ਮੈਡਮ ਨੂੰ ਫੋਨ ਕੀਤਾ ਸੀ ਜੀ DFSC ਨੂੰ, ਉਹਨਾਂ ਨੇ ਮੀਟਿੰਗ ਦੇ ਵਿੱਚ ਹੋਣ ਕਰਕੇ ਉਹਨਾਂ ਕਿਹਾ ਸੀ ਮੈਂ ਬਾਅਦ ਵਿੱਚ ਗੱਲ ਕਰਦੀ। ਵੇਖੋ ਅਸੀਂ ਉਹਨਾਂ ਅੱਗੇ ਆਪਣੀ ਡਿਮਾਂਡ ਰੱਖ ਦਿੱਤੀ ਆ, ਇਹ ਹੁਣ ਚੇਅਰਮੈਨ ਸਾਹਿਬ ਦੇ ਹੱਥ ਵਸਿਆ ਸਾਡੀ, ਉਹ ਕਹਿੰਦੇ ਸੀ ਵੀ ਮੈਂ ਤੁਹਾਡਾ ਜਿਹੜਾ ਇਹ ਜਿਹੜਾ ਤੁਹਾਡੀ ਪਿਛਲੇ ਸਾਲ ਦੀ ਜਿਹੜੀ ਰਕਮ ਆ ਇਹ ਤੁਹਾਡੀ ਕਲੀਅਰ ਕਰਵਾ ਕੇ ਦੇਵਾਂਗਾ, ਅਤੇ ਇਹੋ ਉਹਨਾਂ ਨੇ ਆਖਿਆ ਸਾਨੂੰ ਵਿਸ਼ਵਾਸ ਆ ਵੀ ਉਹ ਪੂਰਾ ਕਰਨਗੇ। ਕੀ ਪ੍ਰੋਗਰਾਮ ਸੀ ਅੱਜ ਦਾ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਖਿਆਲਾ ਮੰਡੀ ਦੇ ਵਿੱਚ ਆਏ ਹਾਂ ਜੀ, 2-3 ਦਿਨ ਹੋ ਗਏ ਮੰਡੀਆਂ ਦੇ ਵਿੱਚ ਹੀ ਆ, ਸੋ ਝੋਨੇ ਦਾ ਸੀਜ਼ਨ ਆ। ਇੱਥੇ ਵੀ ਅੱਜ ਜਿਹੜੀ ਪੰਸਪ ਦੀ ਜਿਹੜੀ ਖਰੀਦ ਆ ਉਹ ਸ਼ੁਰੂ ਕਰਵਾਈ ਗਈ ਔਰ ਜਿਹੜੀਆਂ ਮੁਸ਼ਕਲਾਂ ਸੀ ਕਿਸਾਨ ਵੀਰਾਂ ਵੱਲੋਂ ਜਾਂ ਸਾਡੇ ਆੜ੍ਹਤੀ ਸਾਹਿਬਾਂ ਵੱਲੋਂ ਜਿਹੜੀਆਂ ਸੁਣੀਆਂ ਗਈਆਂ ਔਰ ਜਿੰਨੀ ਵੀ ਅਸੀਂ ਹੈਲਪ ਹੋ ਸਕੀ ਹੈਲਪ ਕਰਨੀ ਔਰ ਮੌਕੇ 'ਤੇ ਇਹਨਾਂ ਨੂੰ ਕਿਹਾ ਕਿ ਜਿਹੜਾ ਹੁਣ ਵੀ ਇਹਨਾਂ ਦੇ ਜੋ ਪਿਛਲਾ ਸੀ ਐਰਕਾ ਤਾਂ ਚਲੋ ਅਜੇ ਸੀਜ਼ਨ ਸ਼ੁਰੂ ਹੋਇਆ, ਕੋਈ ਮੁਸ਼ਕਲ ਹੈ ਨਹੀਂ, ਲੇਕਿਨ ਪਿਛਲੀ ਮੁਸ਼ਕਲ ਸਾਡੇ ਆੜ੍ਹਤੀ ਸਾਹਿਬਾਂ ਉਹਨਾਂ ਨੇ ਜ਼ਰੂਰ ਦੱਸੀ ਹੈ ਕਿ ਅਜੇ ਤੱਕ ਜਿਹੜਾ ਲਿਫਟਿੰਗ ਹੋਈ ਸੀ ਜਿਹੜਾ ਉਹਦਾ ਕਿਰਾਇਆ ਨਹੀਂ ਮਿਲਿਆ ਉਹਨਾਂ ਨੂੰ। ਉਹ ਮੈਡਮ ਦੇ ਨਾਲ ਮੈਂ ਹੁਣੇ ਗੱਲ ਕਰਕੇ ਹਟਿਆ, ਉਹ ਮੀਟਿੰਗ ਦੇ ਵਿੱਚ ਨੇ ਕਹਿੰਦੇ ਕਿ 10 ਮਿੰਟ ਰੋਕ ਕੇ ਅਸੀਂ ਬੈਕ ਕਾਲ ਕਰਦੇ ਹਾਂ ਔਰ ਜਿਹੜਾ ਵੀ ਇਹਨਾਂ ਦੀ ਮੁਸ਼ਕਲ ਆ ਜਿਹੜੀ ਕੋਈ ਪਹਿਲ ਦੇ ਆਧਾਰ 'ਤੇ ਅਸੀਂ ਹੱਲ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਜਿਹੜੀ ਮੁਸ਼ਕਲ ਉਹ ਨਹੀਂ ਆਉਣ ਦਿੱਤੀ ਜਾਊਗੀ। ਇੱਥੇ ਮੰਡੀ ਦੇ ਵਿੱਚ ਕਣਕ ਦੀ ਖਰੀਦ ਹੁੰਦੀ ਹੈ ਕਿ ਝੋਨੇ ਦੀ ਪਹਿਲੀ ਵਾਰੀ ਕਰਵਾਈ ਆ ਜਾਂ ਪਹਿਲਾਂ ਵੀ ਹੁੰਦੀ ਸੀ? ਨਹੀਂ, ਪਹਿਲਾਂ ਵੀ ਪਿਛਲੀ ਵਾਰਾਂ ਵੀ ਹੋਈ ਸੀ ਅਤੇ ਉਹ ਤਾਂ ਚਲੋ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਤਾਂ ਆਪਾਂ ਆਏ ਨਹੀਂ। ਮੈਂ ਤੁਹਾਨੂੰ ਕਹਾਂ ਮੈਂ ਤਾਂ ਹੁਣ ਹੀ ਆਇਆ ਜੀ, ਇਸ ਟਾਈਮ ਅੱਜ ਮੈਨੂੰ ਫੋਨ ਗਿਆ ਸੀ ਕਿ ਇੱਥੇ ਖਰੀਦ ਆ ਜਿਹੜੀ ਉਹ ਸ਼ੁਰੂ ਕਰਵਾਉਣੀ ਹੈ ਆਪਾਂ ਖਿਆਲਾ ਮੰਡੀ ਦੇ ਵਿੱਚ। ਸੋ ਅਸੀਂ ਤਾਂ ਇਸ ਵੇਲੇ ਆਏ ਜੀ, ਲੇਕਿਨ ਜਿਹੜੀ ਪੇਮੈਂਟ ਫਸੀ ਪਈ ਉਹ ਤੋਂ ਤਾਂ ਇਹੀ ਪਤਾ ਲੱਗਦਾ ਜੀ ਪਿਛਲੀ ਵਾਰਾਂ ਵੀ ਇੱਥੇ ਮੰਡੀ ਹੈਗੀ ਸੀ, ਜਿਹੜੀ ਪੇਮੈਂਟ ਜਿਹੜੀ ਇਹਨਾਂ ਨੂੰ ਵੀਰਾਂ ਨੂੰ ਆੜ੍ਹਤੀ ਸਾਹਿਬਾਂ ਨੂੰ ਜਿਹੜੀ ਨਹੀਂ ਮਿਲੀ। ਅਤੇ ਇਹ ਮੰਡੀਆਂ ਇਸ ਇਲਾਕੇ ਦੇ ਵਿੱਚ ਕੋਈ ਹੋਰ ਵੀ ਚਾਲੂ ਕੀਤੀਆਂ ਗਈਆਂ ਨੇ ਕਿ ਜਾਂ ਖਿਆਲਾ ਜੀ? ਨਹੀਂ, ਇੱਥੇ ਹੋਰ ਵੀ ਆ, ਚਲੋ ਛੁਗਾਵਾਂ ਬਲਾਕ ਦੀ ਤਾਂ ਇਹੀ ਹੋ ਜੇ ਸ਼ੁਰੂ ਹੋਈ ਆ, ਉਦੋਂ ਬੱਚੀ ਪਿੰਡ ਗਏ ਚਲੋ ਅਟਾਰੀ ਦੇ ਵਿੱਚ ਪੈ ਜਾਂਦੀ ਆ, ਸੋ ਇਸ ਕਰਕੇ ਜਸਰਾ ਉਰ ਗਏ ਸੀ ਆਪਾਂ। ਅਤੇ ਇੱਦਾਂ ਸਾਰੇ ਤਕਰੀਬਨ ਜਿੱਥੇ ਜਿੱਥੇ ਵੀ ਸਾਡੀਆਂ ਰਾਜਸਥਾਨੀ ਹਲਕੇ ਦੇ ਵਿੱਚ ਸਾਰੇ ਦੇ ਵਿੱਚ ਜਿੱਥੇ ਵੀ ਮੰਡੀਆਂ ਹੈਗੀਆਂ ਹਰੇਕ ਮੰਡੀਆਂ ਦੇ ਵਿੱਚ ਜਾਵਾਂਗੇ, ਉਸ ਤੋਂ ਬਾਅਦ 'ਚ ਵੀ ਫਿਰ ਆਵਾਂਗੇ ਕਿ ਹਫ਼ਤੇ 10 ਦਿਨਾਂ ਬਾਅਦ ਜਿਹੜੀਆਂ ਮੁਸ਼ਕਲਾਂ ਹੋਰ ਹੋਣਗੀਆਂ ਉਹਨਾਂ ਦਾ ਜਿਹੜਾ ਤੁਰੰਤ ਹੱਲ ਕਰਾਂਗੇ। ਝੋਨੇ ਦੀਆਂ ਸਾਰੀਆਂ ਕਿਸਮਾਂ ਖਰੀਦੀਆਂ ਜਾਣੀਆਂ ਜਾਂ ਕੁਝ ਕਿਸਮਾਂ ਖਰੀਦੀਆਂ ਜਾਣੀਆਂ? ਨਹੀਂ ਨਹੀਂ ਸਾਰੀਆਂ ਖਰੀਦਾਂਗੇ ਜੀ, ਸਾਰੀਆਂ ਜਿਹੜੀਆਂ ਇਹ ਮਤਲਬ 121 ਆ ਜਾਂ ਹੋਰ ਵੀ ਜਿਹੜੀ ਸਰਕਾਰੀ ਖਰੀਦ ਦੇ ਜਿਹੜੇ ਇੰਟਰ ਆਉਂਦੀਆਂ ਸਾਰੇ ਲੈਣਗੀਆਂ, ਜਿਹੜੀਆਂ 1509 ਗਈਆਂ ਜਿਹੜੀਆਂ ਪ੍ਰਾਈਵੇਟ ਜਾਣੀ ਉਹ ਪ੍ਰਾਈਵੇਟ ਸੈਟਰ ਵਾਲੇ ਖਰੀਦਣਗੇ, ਜਿਹੜੀ
ਅੱਗਾਂ ਲੱਗ ਰਹੀਆਂ ਇਹਦੇ ਬਾਰੇ ਕੀ ਕਰ ਰਹੇ ਹੋ? ਨਹੀਂ ਅਜੇ ਆਪਣੇ ਹਲਕੇ 'ਚ ਮੈਂ ਤਾਂ ਨਹੀਂ ਅਜੇ ਦੇਖੀ, ਲੇਕਿਨ ਫਿਰ ਵੀ ਉਸ ਤੋਂ ਜਾਗਰੂਕ ਕੈਂਪ ਹੈ ਜਿਹੜਾ ਕੱਲ੍ਹ ਨੂੰ ਫਿਰ ਜਿਹੜਾ ਨਾਲਾ ਸੰਗਮ ਪੈਲਸ ਦੇ ਵਿੱਚ ਰੱਖਿਆ। ਅਸੀਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਜਿਹੜਾ ਅਵੇਅਰਸ ਕਰ ਰਹੇ ਹਾਂ ਕਿ ਜਿਹੜਾ ਆਪਣਾ ਅੱਗ ਨਾ ਲਾਈ ਜਾਵੇ, ਕਿਉਂਕਿ ਇਹਦੇ ਨਾਲ ਹੀ ਸਾਡਾ ਭਵਿੱਖ ਆ ਜਿਹੜਾ ਆਪਾਂ ਵਾਤਾਵਰਨ ਬਚਾ ਸਕਦੇ ਹਾਂ, ਆਪਣੀ ਧਰਤੀ ਬਚਾ ਸਕਦੇ ਹਾਂ। ਸੋ ਐਰਕਾ 'ਤੇ ਸਮਾਂ ਘੱਟ ਮਿਲਿਆ, ਔਰ ਨਾਲ ਕਿਸਾਨ ਵੀਰਾਂ ਨੇ ਇਹ ਵੀ ਬੇਨਤੀ ਕਰ ਰਹੇ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਇੱਕ ਸਾਲ ਤੱਕ ਜਿਹੜਾ ਪਰਾਲੀ ਦਾ ਪ੍ਰੋਪਰ ਜਿਹੜਾ ਸਰਕਾਰ ਵੱਲੋਂ ਹੱਲ ਜਿਹੜਾ ਕੱਢਿਆ ਜਾਊਗਾ। ਐਰਕਾ ਕਿਸਾਨ ਵੀਰਾਂ ਕੋਲ ਸਾਥ ਮੰਗ ਰਹੇ ਕਿ ਸਾਡਾ ਸਾਥ ਦਿਓ, ਅੱਗ ਨਾ ਲਓ, ਕਿਉਂਕਿ ਇਹਨਾਂ ਕਿ ਹੱਲ ਦੇ ਨਾਲ ਜਾਂ ਲੇਬਰ ਲਾ ਕੇ ਇਹਨੂੰ ਇਕੱਠਾ ਕੀਤਾ ਜਾਵੇ ਜਾਂ ਵਾਹਿਆ ਜਾਵੇ। ਸੋ ਇਸ ਕਰਕੇ ਕਾਫੀ ਜਿਹੜੇ ਵੀਰ ਆ, ਕਿਸਾਨ ਵੀਰ ਨੇ ਸਾਡੇ ਜਾਗਰੂਕ ਨੇ, ਸਿਆਣੇ ਨੇ, ਜਿਹੜਾ ਸਾਥ ਦੇ ਰਹੇ ਨੇ। ਬਾਕੀ ਹਰ ਜਿੱਥੇ ਕਿਤੇ ਪ੍ਰੋਬਲਮ ਆਉਂਦੀ ਆ, ਸੋ ਬਾਅਦ ਨਾਲ ਕਿ ਅਸੀਂ ਹਲਕੇ ਦੇ ਵਿੱਚ ਘੁੰਮ ਕੇ ਉਹ ਵੀ ਦੇਖ ਰਹੇ ਹਾਂ। ਸਰ ਨੂੰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ 'ਤੇ 1500 ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਇਹ ਤੱਕ ਨਹੀਂ ਮਿਲਿਆ, ਉਹਦੇ ਬਾਰੇ ਕੀ? ਨਹੀਂ ਹੋ ਗਿਆ ਜੀ, ਆ 3 ਤਰੀਕ ਦਾ